ਸਾਰੇ ਕਾਨੂੰਨ ਬਦਲ ਜਾਂਦੇ ਨੇ, ਗਲਾ ਘੁੱਟਣ ਵਾਲੀ ਸੁਰੱਖਿਆ ਹੋ ਜਾਂਦੀ ਹੈ, ਕਿਸੇ ਦੀ ਦਰਿੰਦਗੀ ਉਹਦਾ ਪਾਗਲਪਣ ਬਣਾਇਆ ਜਾਂਦਾ ਅਤੇ ਕਾਗਜ਼ਾਂ 'ਚ ਖੂਨ ਦੀ ਥਾਂ ਆਤਮ ਹੱਤਿਆ ਹੋ ਜਾਂਦੀ ਹੈ। ਬੇਟੀ ਬਚਾਓ ਕਰਦੇ ਰਹਿ ਗਏ, ਮੁੱਦਾ ਜਿੱਥੇ ਸੀ ਉੱਥੇ ਟਿਕਿਆ ਹੀ ਰਹਿ ਗਿਆ। ਮੈਂ 4 ਸਾਲ ਪਹਿਲਾਂ ਵੀ ਇੱਕ ਇਨਸਾਫ ਲਈ ਲਿਖਿਆ ਸੀ ਅਤੇ ਉਹ ਵੀ ਅੱਜ ਤੱਕ ਬਸ ਲਿਖਿਆ ਹੀ ਰਹਿ ਗਿਆ। ਤੜਪਾ ਤੜਪਾ ਕੇ ਮਾਰ ਦਿੱਤੀ, ਕੋਈ ਰੂਹ ਜਿਵੇਂ ਬੇਜਾਨ ਤਾਂ ਨਹੀਂ ਹੋਣੀ। ਮੈਨੂੰ ਪਿਛਲਿਆਂ ਦਾ ਤਾਂ ਪਤਾ ਨਹੀਂ, ਪਰ ਜੋ ਹਾਲ ਅੱਜ ਦੀ ਪੀੜ੍ਹੀ ਦਾ ਹੈ, ਸਾਡੀ ਆਉਣ ਵਾਲੀ ਪੀੜ੍ਹੀ ਇਨਸਾਨ ਤਾਂ ਨਹੀਂ ਹੋਣੀ। ਪਹਿਲਾਂ ਉਹਦੇ ਪੈਰਾਂ 'ਚ ਕੰਡੇ ਅਤੇ ਸਿਰ 'ਤੇ ਜੁੱਤੀ ਸੀ ਅਤੇ ਹੁਣ ਸੀਨੇ 'ਚ ਛੁਰੀਆਂ ਅਤੇ ਕਿਸਮਤ ਲੁੱਟੀ ਮਿਲਦੀ ਹੈ। ਅਸੀਂ ਉਸ ਦੇਸ਼ 'ਚ ਇਨਸਾਫ ਕਿਵੇਂ ਮੰਗ ਰਹੇ ਹਾਂ ਜਿੱਥੇ ਸਜ਼ਾ ਕੱਟਣ ਵਾਲਿਆਂ ਨੂੰ ਭਾਵੇਂ ਕਿੰਨੇ ਔਕੇ ਲਾ ਲਓ, ਜਿਸ ਦਿਨ ਉਹਦਾ ਮਨ ਹੋਇਆ ਹਰ ਪਾਸਿਓਂ ਆਜ਼ਾਦ 'ਚ ਦੇਖਾਂਗੇ। ਕੁੜੀਆਂ ਨੂੰ ਪਹਿਲਾਂ ਇਨਸਾਨ ਮੰਨ ਲਓ, ਦੇਵੀਆਂ ਤਾਂ ਖੈਰ ਬਾਅਦ 'ਚ ਦੇਖਾਂਗੇ। ਇਹ ਆਵਾਜ਼ਾਂ ਬੁਲੰਦ ਹੁੰਦੀਆਂ ਹੀ ਨਹੀਂ, ਦਬਾਈਆਂ ਜਾਂਦੀਆਂ ਨੇ ਅਤੇ ਫਿਰ ਮੁੜ ਜਾਂਦੀਆਂ ਨੇ। ਇਹ ਆਵਾਜ਼ਾਂ ਬੁਲੰਦ ਹੁੰਦੀਆਂ ਹੀ ਨਹੀਂ, ਦਬਾਈਆਂ ਜਾਂਦੀਆਂ ਨੇ ਅਤੇ ਫਿਰ ਮੁੜ ਜਾਂਦੀਆਂ ਨੇ। ਜਸਟਿਸ ਵਾਲੇ ਬੋਰਡ 'ਤੇ ਪੇਂਟ ਮਰਵਾ ਦਿੱਤਾ ਜਾਂਦਾ, ਸਰਕਾਰਾਂ ਤੁਰ ਜਾਂਦੀਆਂ ਨੇ, ਮੋਮਬੱਤੀਆਂ ਖੁਰ ਜਾਂਦੀਆਂ ਨੇ। ਅਵਨੀਤ ਕੌਰ, ਮੈਂ ਗੁਰੂ ਨਾਨਕ ਕਾਲਜ 3rd year ਦੀ ਸਟੂਡੈਂਟ ਹਾਂ, BA ਕਰ ਰਹੀ ਹਾਂ ਇੱਥੇ। ਹਾਂਜੀ, ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਕੋਲਕਾਤਾ ਰੇਪ ਕੇਸ ਹੋਇਆ ਹੈ। ਜੇਕਰ ਅਸੀਂ ਇੰਨੇ ਪੜ੍ਹੇ ਲਿਖੇ ਹਾਂ, ਇੰਨੇ ਵਧੀਆ ਅਸੀਂ ਸਮਾਜ ਵਿੱਚ ਰਹਿੰਦੇ ਹਾਂ, ਅਤੇ ਕੀ ਸਾਡੀ ਸੁਰੱਖਿਆ ਸਾਡਾ ਅਧਿਕਾਰ ਨਹੀਂ ਹੈ? ਸਾਡੇ ਸਮਾਜ ਵਿੱਚ ਅਸੀਂ ਅਨੇਕਾਂ ਤਰੀਕੇ ਦੇ ਲੋਕਾਂ ਨੂੰ ਮਿਲਦੇ ਹਾਂ। ਹਰ ਵਾਰੀ ਸਾਨੂੰ ਕਦੇ ਨਾ ਕਦੇ ਅਜਿਹੀ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਕੋਈ ਨਾ ਕੋਈ ਹਮੇਸ਼ਾ ਹੀ ਕਿਸੇ ਨਾ ਕਿਸੇ ਦੁਰਦਸ਼ਾ ਵਿੱਚ ਪਾਇਆ ਜਾਂਦਾ ਹੈ। ਮੈਂ ਅਤੇ ਮੇਰੀ ਸਾਰੀਆਂ ਸਹੇਲੀਆਂ, ਜਦਕਿ ਇਹ ਕੁੜੀਆਂ ਹੋਣ ਦੇ ਨਾਤੇ, ਇਹੀ ਚਾਹੁੰਦੀਆਂ ਹਾਂ ਕਿ ਅਸੀਂ ਸਮਾਜ ਵਿੱਚ ਖੁੱਲ੍ਹ ਕੇ ਜੀਏ, ਖੁੱਲ੍ਹ ਕੇ ਆਪਣਾ ਅਧਿਕਾਰ ਪ੍ਰਾਪਤ ਕਰੀਏ, ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋਲਕਾਤਾ ਰੇਪ ਕੇਸ ਹੀ ਨਹੀਂ, ਹੋਰ ਵੀ ਬਹੁਤ ਰੇਪ ਕੇਸ ਅਜਿਹੇ ਹਨ ਜਿੱਥੇ ਜਸਟਿਸ ਨਹੀਂ ਮਿਲਿਆ। ਬਹੁਤ ਸਾਰੇ ਇੱਦਾਂ ਦੇ ਰੇਪ ਕੇਸ ਜਿੱਥੇ ਸਾਨੂੰ ਜਸਟਿਸ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਇੱਥੇ ਰੇਪਿਸਟ ਨੂੰ ਹੈਂਗ ਕੀਤਾ ਜਾਵੇ। ਸਾਡੀਆਂ ਸਰਕਾਰਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਇੰਡੀਪੈਂਡੈਂਸ ਇਹੀ ਨਹੀਂ ਕਿ ਅਸੀਂ ਆਪਦੇ ਸਿਰਫ ਭਰਾਵਾਂ ਨਾਲ ਸੁਰੱਖਿਅਤ ਰਹੀਏ, ਅਸੀਂ ਹਰ ਮਾਹੌਲ ਦੇ ਵਿੱਚ ਸੁਰੱਖਿਅਤ ਰਹੀਏ, ਇਹੀ ਸਾਡਾ ਅਧਿਕਾਰ ਹੈ। ਧੰਨਵਾਦ। ਇੱਜ਼ਤਾਂ ਦੀ ਨਾ ਜੋ ਰਾਖੀ ਕਰ ਸਕੇ ਦੇਸ਼, ਉਹ ਆਪਣੇ ਇਮਾਨ ਦਾ ਵੀ ਨਹੀਂ। ਮੂੰਹੋਂ ਆਖਣ ਔਰਤ ਦੇਵੀ ਹੁੰਦੀ ਆ, ਪਰ ਦਿੰਦੇ ਦਰਜਾ ਇਨਸਾਨ ਦਾ ਵੀ ਨਹੀਂ। ਕਿ ਕਿਸੇ ਕੋਲ ਨਾ ਦੇ ਹੁੰਦੇ ਨੇ, ਇੰਨੀ ਬੇਰਹਿਮੀ ਨਾਲ ਰੇਪ ਹੁੰਦੇ ਨੇ, 4 ਕੁ ਦਿਨ ਬਸ ਰੌਲਾ ਪੈਂਦਾ, ਉਹ ਤੋਂ ਬਾਅਦ ਬੰਦ ਕੇਸ ਹੁੰਦੇ ਨੇ। ਸਰ, ਇਹ ਬਹੁਤ ਹੀ ਬੁਰੀ ਗੱਲ ਹੈ। ਪਹਿਲਾਂ ਗੌਰਮੈਂਟ ਦੇ ਲਈ ਵੀ, ਜੋ ਉਹਨਾਂ ਨੇ ਡਾਕਟਰ ਦੇ ਲਈ ਕੋਈ ਵੀ ਇੱਦਾਂ ਦੀ ਕੋਈ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕੀਤੀ ਹੋਈ, ਨਾ ਸਿਕਿਉਰਿਟੀ ਗਾਰਡਸ, ਨਾ ਕੋਈ CCTV ਕੈਮਰਾ। ਠੀਕ ਹੈ, ਗੌਰਮੈਂਟ ਨੂੰ ਇਹਦੇ ਲਈ ਸਟ੍ਰਿਕਟ ਐਕਸ਼ਨਸ ਲੈਣੇ ਚਾਹੀਦੇ ਨੇ। ਜੋ ਵੀ ਇਹ ਸਭ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ, ਬਹੁਤ ਗਲਤ ਹੈ। ਡਾਕਟਰ ਹੀ ਨਹੀਂ, ਇਹ ਤਾਂ ਕੋਈ ਵਿਮੈਨ ਵੀ ਨਹੀਂ ਸੇਫ ਹੈਗੀ। ਇਕੱਲਾ ਡਾਕਟਰ ਦਾ ਕੇਸ ਨਹੀਂ, ਜੋ ਫਰੰਟ 'ਤੇ ਆਇਆ ਵਾ, ਬਹੁਤ ਸਾਰੀਆਂ ਗਰਲਸ ਨੇ ਜਿਨ੍ਹਾਂ ਦੇ ਹਾਫ ਕੇਸ ਤਾਂ ਇੱਦਾਂ ਦੇ ਨੇ ਜੋ ਫਾਈਲਡ ਹੀ ਨਹੀਂ ਕੀਤੇ ਜਾਂਦੇ ਕਿ ਨੇ। ਅਤੇ ਇਹੀ ਕੇਸ ਆਇਆ ਵਾ ਆਪਾਂ ਜਿਹੜਾ ਪਤਾ ਵਾ, ਬਾਕੀ ਕੇਸ ਜਿਹੜੇ ਫਾਈਲ ਹੀ ਨਹੀਂ ਹੋਏ ਉਹਨਾਂ ਸਭ ਦਾ ਕੀ? ਗੌਰਮੈਂਟ ਨੂੰ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਨੇ ਵਿਮੈਨ ਦੀ ਸੇਫਟੀ ਦੇ ਲਈ, ਮੈਂ ਇਹੀ ਕਹਿਣਾ ਚਾਹੁੰਦੀ। ਦੁਬਾਰਾ ਸ਼ੁਰੂ ਕਰ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹ ਔਰਤ ਜਿਸਨੇ ਜਨਨੀ ਨੇ ਰਾਜਾ ਮਹਾਰਾਜਾ ਨੂੰ ਜਨਮ ਦਿੱਤਾ ਹੈ, ਉਸ ਜਨਨੀ ਦੀ ਦੁਰਦਸ਼ਾ ਇੱਕ ਵਾਰ ਫਿਰ ਕਲਕੱਤਾ ਦੀਆਂ ਗਲੀਆਂ ਦੇ ਰੁਲਦੀ ਦਿਖ ਕੇ ਮਨ ਨੂੰ ਬਹੁਤ ਅਫਸੋਸ ਹੋ ਰਿਹਾ ਹੈ। ਮੈਂ ਪੂਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰੂੰਗੀ ਕਿ ਅਸੀਂ ਉਸ ਭੈਣ ਵਾਸਤੇ ਜਸਟਿਸ ਮੰਗਣੀ ਹੈ, ਉਸ ਬੱਚੀ ਵਾਸਤੇ ਜਸਟਿਸ ਮੰਗਣੀ ਹੈ, ਅਤੇ ਬੱਚੀਆਂ ਨੂੰ ਇਹ ਸੁਨੇਹਾ ਦੇਵਾਂਗੀ ਵੀ ਜਿੱਥੇ ਵੀ ਕੋਈ ਇਹੋ ਜਿਹੀ ਐਕਟੀਵਿਟੀ ਤੁਹਾਡੇ ਨਾਲ
ਕੋਈ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ, ਕਿਤੇ ਵੀ ਦੱਬਣ ਦੀ ਲੋੜ ਨਹੀਂ ਹੈ। ਤੁਹਾਨੂੰ ਗੌਰਮੈਂਟ ਨੇ ਬਹੁਤ ਫੈਸਿਲਿਟੀਜ਼ ਦਿੱਤੀਆਂ। ਅਸੀਂ ਆਪਣੀ ਇੱਜ਼ਤ ਸ਼ਰਮ ਕਰਕੇ ਕਈ ਵਾਰ ਉਸ ਮੁੱਦੇ ਨੂੰ ਦਬਾਉਂਦੇ ਹਾਂ। ਉੱਥੇ ਜਸਟਿਸ ਤਾਂ ਹੀ ਮਿਲੂਗੀ ਜੇ ਅਸੀਂ ਉਸ ਦੇ ਅਗੇਂਸਟ ਖੜ੍ਹੇ ਹੋਵਾਂਗੇ। ਮੈਂ ਸਰਕਾਰ ਨੂੰ ਅਪੀਲ ਕਰੂੰਗੀ ਕਿ ਜੋ ਇਹ ਬੱਚੀ ਵਾਸਤੇ, ਜੋ ਇਹ ਰੇਪ ਕਲਕੱਤਾ ਦੇ ਵਿੱਚ ਬੱਚੀ ਦੇ ਨਾਲ ਹੋਇਆ ਹੈ, ਉਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਕਿ ਦੂਸਰੇ ਜਿਹੜੇ ਹੈਗੇ ਨੇ ਹੋਰ ਵੀ ਦੋਸ਼ੀ, ਉਹਨਾਂ ਨੂੰ ਇੱਕ ਸਿੱਖਿਆ ਮਿਲ ਸਕੇ। ਅਤੇ ਮੈਂ ਸਮੂਹ ਭੈਣਾਂ ਨੂੰ ਇਹ ਵੀ ਬੇਨਤੀ ਕਰੂੰਗੀ ਕਿ ਤੁਸੀਂ ਵੀ ਅੱਗੇ ਵੁੱਡ ਬੀ ਮਦਰਸ ਹੋ, ਪੂਰੀਆਂ ਔਰਤ ਜਾਤ ਨੂੰ ਵੀ ਇੱਕ ਇਹ ਜ਼ਰੂਰ ਸੁਨੇਹਾ ਦੇਣਾ ਚਾਹਾਂਗੀ ਕਿ ਜਦੋਂ ਤੁਸੀਂ ਆਪਣੇ ਮੁੰਡਿਆਂ ਨੂੰ, ਆਪਣੇ ਲੜਕਿਆਂ ਨੂੰ ਪਾਲਦੇ ਹੋ, ਤਾਂ ਉਹਨਾਂ ਨੂੰ ਇਹ ਸਿੱਖਿਆ ਜ਼ਰੂਰ ਦਿਓ ਕਿ ਇੱਕ ਔਰਤ ਪ੍ਰਤੀ ਉਹਨਾਂ ਦਾ ਕੀ ਵਤੀਰਾ ਹੋਣਾ ਚਾਹੀਦਾ, ਕਿਵੇਂ ਉਹਨਾਂ ਨੇ ਮਾਂ ਭੈਣ ਅਤੇ ਹੋਰ ਰਿਸ਼ਤਿਆਂ ਦੇ ਵਿੱਚ ਉਸ ਔਰਤ ਨੂੰ ਰਿਸਪੈਕਟ ਦੇਣੀ ਆ, ਤਾਂ ਕਿ ਇਹ ਸਮਾਜ ਦੀ ਕੁਰੀਤੀ ਜਿਹੜੀ ਹੈ, ਰੇਪ ਅਤੇ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਨੂੰ ਘਟਾਉਣ 'ਚ ਸਾਡਾ ਵੀ ਯੋਗਦਾਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ। ਮੈਮ, ਅਸੀਂ ਅੱਜ ਕੱਲ੍ਹ ਸਿਰਫ ਇੱਕ ਕੈਂਡਲ ਜਲਾਉਣ ਤੱਕ ਸੀਮਤ ਰਹਿ ਗਏ। ਜਦੋਂ ਵੀ ਕੋਈ ਰੇਪ ਹੁੰਦਾ, ਦਰਬਿਆ ਕਾਂਡ ਹੋਇਆ, ਅਸੀਂ ਕੁਛ ਦਿਨ ਕੈਂਡਲ ਜਲਾਈਆਂ, ਫਿਰ ਉਵੇਂ ਹੋ ਗਿਆ। ਹੁਣ ਇਹ ਕਾਂਡ ਹੋਇਆ, ਕੀ ਆਪਾਂ ਨੂੰ ਲੱਗਦਾ ਨੀਗਾ ਵੀ ਇੱਕ ਉਹ ਸਮਾਂ ਸੀਗਾ ਜਦੋਂ ਇੱਕ ਮਹਿਲਾ ਦੀ ਇੱਜ਼ਤ ਵਾਸਤੇ ਇੱਕ ਪਾਸੇ ਲੰਕਾ ਨੂੰ ਜਲਾ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਮਹਾਂਭਾਰਤ ਦੇ ਗਿਆ? ਬਿਲਕੁਲ ਜੀ, ਇਸ ਟਾਈਮ ਅਸੀਂ ਉਹ ਸਥਿਤੀ ਦੇ ਵਿੱਚ ਖੜ੍ਹੇ ਹਾਂ ਜਿੱਥੇ ਕਿ ਔਰਤ ਬੜੀ ਨਾਜ਼ੁਕ ਜਿਹੇ ਸਥਿਤੀ ਦੇ ਵਿੱਚੋਂ ਲੰਘ ਰਹੀ ਹੈ। ਕਈ ਜਗ੍ਹਾ ਦੇ ਉੱਤੇ ਜਿਵੇਂ ਬੱਚੀ ਨੇ ਕਿਹਾ ਹੈਗਾ ਕਿ ਰੇਪ ਜਿਹੜੇ ਕੇਸਿਸ ਨੇ ਉਹ ਡਿਸਕਲੋਜ਼ ਹੀ ਨਹੀਂ ਹੁੰਦੇ, ਉਸ ਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਘਰ ਦੀ ਸ਼ਰਮ ਆ, ਘਰ ਦੀ ਇੱਜ਼ਤ ਆ, ਇਸ ਕਰਕੇ ਬਾਹਰ ਹੀ ਨਹੀਂ ਲੈ ਕੇ ਆਉਣਾ। ਇਸ ਨਾਲ ਵੀ ਜਿਹੜਾ ਮਰਦ ਆ ਉਹ ਅੱਗੇ ਕਿ ਇਹ ਔਰਤ ਜਿਹੜੀ ਹੈਗੀ ਹੈ ਇਹਨੇ ਕਿਹੜਾ ਡਿਸਕਲੋਜ਼ ਕਰਨਾ, ਉਸ ਨੂੰ ਛੁਪਾ ਲਿਆ ਜਾਂਦਾ ਹੈ। ਸੋ ਮੈਂ ਇਸ ਕਰਕੇ ਬੱਚੀਆਂ ਨੂੰ ਵੀ ਕਹਾਂਗੀ ਕਿ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੁਰਮ ਕਰਨਾ ਨਹੀਂ ਅਤੇ ਜੁਰਮ ਸਹਿਣਾ ਵੀ ਨਹੀਂ ਹੈ। ਸੋ ਇਹ ਆਪਣੇ ਵਿੱਚ ਵੀ ਇੱਕ ਜਜ਼ਬਾ, ਇੱਕ ਆਪਣੇ 'ਚ ਹਿੰਮਤ ਜਿਹੜੀ ਆ ਔਰਤਾਂ ਨੂੰ ਵੀ ਲਿਆਉਣੀ ਪਏਗੀ, ਤਾਂ ਕਿ ਇਹ ਰੇਪ ਵਿਕਟਮਸ ਦੇ ਉੱਤੇ ਕੰਟਰੋਲ ਕਰ ਸਕੇ। ਜਸਟਿਸ ਪ੍ਰਣਾਲੀ ਜਿਹੜੀ ਹੈਗੀ ਤੁਹਾਨੂੰ ਥੋੜ੍ਹੀ ਲੱਗਦੀ ਜੀ? ਬਿਲਕੁਲ ਜੀ, ਜਸਟਿਸ ਪ੍ਰਣਾਲੀ ਦੇ ਵਿੱਚ ਕੋਈ ਜਸਟਿਸ ਨਹੀਂ ਮਿਲਦਾ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਓਨਲੀ। ਜੇ ਪਿਛਲੇ ਰਿਕਾਰਡਸ ਦੀ ਚੈੱਕ ਕਰੀਏ ਤਾਂ ਕੱਲ੍ਹ 100 ਕੇਸ ਜਿਹੜਾ ਹੈਗਾ 32 ਸਾਲਾਂ ਦੇ ਬਾਅਦ ਉਹਨਾਂ ਦਾ ਫੈਸਲਾ ਆਇਆ, 32 ਸਾਲਾਂ ਦੇ ਬਾਅਦ ਜਦ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ। ਉਦੋਂ ਤੱਕ ਤਾਂ ਉਹ ਔਰਤ ਦੀ ਜਿਹੜੀ ਹੈਗੀ ਹੈ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਉਹੀ ਜੋ ਕਿਹਾ, ਜਸਟਿਸ ਡਿਲੇ ਇਜ਼ ਜਸਟਿਸ ਡਿਨਾਈਡ ਓਨਲੀ। ਇਹਦੇ ਲਈ ਜਿਹੜੀਆਂ ਫਾਸਟ ਕੋਰਟਸ ਹੋਣੀਆਂ ਚਾਹੀਦੀਆਂ, ਤਾਂ ਕਿ ਵਿਦਇਨ ਸ਼ਾਰਟ ਪੀਰੀਅਡ, ਵਿਦਇਨ 1 or 2 years ਇਹ ਜਿਹੜੇ ਕੇਸਿਸ ਡਿਸਾਈਡ ਹੋਣੇ ਚਾਹੀਦੇ ਅਤੇ ਜਿਹੜੇ ਰੇਪ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਕਿ ਅੱਗੇ ਵਾਸਤੇ ਕੇਸਿਸ ਜਿਹੜੇ ਆ ਉਹ ਡਿਕਰੀਜ਼ ਕੀਤੇ ਜਾਣ, ਤਾਂ ਹੀ ਅਸੀਂ ਕੁਛ ਸਮਾਜ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ, ਨਹੀਂ ਤਾਂ ਇਹ ਇੱਕ ਖੇਡ ਤਮਾਸ਼ਾ ਹੀ ਬਣ ਜਾਏਗਾ। ਸਭ ਕਲਕੱਤਾ ਦੇ ਵਿੱਚ ਕੋਈ ਕਾਨੂੰਨੀ ਹਰਕਤ ਅੰਦਰ, ਵਿਆਹ ਤੋਂ ਬਾਅਦ ਦੂਜਾ ਕਾਂਡ ਆਇਆ, ਅੱਜ ਬੱਚੇ ਜਿਹੜੇ ਹੈਗੇ ਨੇ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ। ਬਹੁਤ ਨਿੰਦਣਯੋਗ ਇਹ ਘਟਨਾ ਜਿਹੜੀ RG ਕਾਰ ਕਾਲਜ ਕਲਕੱਤਾ ਦੇ ਵਿੱਚ ਵਾਪਰੀ ਆ। ਅੱਜ ਸਾਡੇ ਵਿਧਾਨ ਸਭਾ ਹਲਕਾ ਮੋਗੇ ਦੇ ਡਿਸਟ੍ਰਿਕਟ ਹੈੱਡਕੁਆਟਰ ਮੋਗਾ ਵਿਖੇ ਗੁਰੂ ਨਾਨਕ ਕਾਲਜ, ਜੋ ਕਿ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਵੱਲੋਂ ਚਲਾਇਆ ਜਾਂਦਾ, ਇੱਥੋਂ ਦੀਆਂ ਬੱਚੀਆਂ ਨੇ ਇਹ RG ਕਾਰ ਕਾਲਜ ਦੀ ਜਿਹੜੀ ਡਾਕਟਰ ਦੇ ਨਾਲ ਰੇਪ ਹੋਇਆ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਇੱਕ ਮਾਰਚ ਕੱਢਿਆ ਅਤੇ ਗੌਰਮੈਂਟ ਨੂੰ ਅਪੀਲ ਕੀਤੀ ਆ ਕਿ ਜਿਹੜਾ ਵੀ ਮੁਲਜ਼ਮ ਆ ਉਹਨੂੰ ਫਾਂਸੀ ਦੇ ਉੱਤੇ ਟੰਗਿਆ ਜਾਵੇ। ਮੈਂ ਬੜੇ ਭਰੇ ਮਨ ਦੇ ਨਾਲ ਅਤੇ ਬੜੇ ਸ਼ਰਮ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਉਸ ਹਿੰਦੁਸਤਾਨ ਦੇ ਵਾਸੀ ਹਾਂ
ਜਿੱਥੇ ਅਸੀਂ ਬੜਕ ਮਾਰਦੇ ਹਾਂ ਕਿ ਅਸੀਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪਾਪੂਲੇਸ਼ਨ ਆ, ਅਤੇ ਜਿੱਥੇ ਅਸੀਂ ਬੜਕ ਮਾਰਦੇ ਹਾਂ ਕਿ ਬਹੁਤ ਜਲਦੀ ਅਸੀਂ ਤੀਸਰੀ ਅਰਥ ਵਿਵਸਥਾ ਬਣ ਜਾ ਰਹੇ ਹਾਂ ਦੁਨੀਆ ਦੀ, ਵਰਲਡ ਦੀ। ਉੱਥੋਂ ਦੀ 50% ਆਬਾਦੀ ਅੰਦਾਜ਼ਨ ਜਿਹੜੀ ਕਿ ਵਿਮੈਨਸ ਦੀ ਆ, ਜਿਹੜੀ ਫੀਮੇਲ ਦੀ 50% ਆਬਾਦੀ ਆ, ਜਿਹੜੀ ਕਿ ਲਗਭਗ 60-70 ਕਰੋੜ ਦੀ ਆਬਾਦੀ ਬਣ ਜਾਂਦੀ ਆ। ਅੱਜ ਉਹ ਆਬਾਦੀ ਜਿਹੜੀ 60-70 ਕਰੋੜ ਦੀ ਲਗਭਗ 50% ਆਬਾਦੀ ਆ, ਉਹ ਤਰਾਹ ਤਰਾਹ ਕਰ ਰਹੀ ਆ ਅਤੇ ਡਰ ਦੇ ਮਾਹੌਲ ਦੇ ਵਿੱਚ ਜਿਹੜੀ ਆ ਉਹ ਜਿਉਂ ਰਹੀ ਆ। ਉਹ ਪਾਪੂਲੇਸ਼ਨ, ਉਹ ਫੀਮੇਲਸ ਜਿਨ੍ਹਾਂ ਨੇ ਇਹ ਸਮਾਜ ਦੀ ਸਿਰਜਣਾ ਕਰਨੀ ਆ, ਜਿਨ੍ਹਾਂ ਨੇ ਉਹ ਔਲਾਦ ਪੈਦਾ ਕਰਨੀ ਆ, ਜਿਹਨੇ ਇਸ ਮੁਲਕ ਨੂੰ ਚਲਾਉਣਾ, ਜਿਨ੍ਹਾਂ ਨੇ ਰਾਜੇ ਬਣਨਾ ਕੱਲ੍ਹ ਨੂੰ, ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ ਜਾ ਕੇ ਦੇਸ਼ ਦੀ ਰਾਖੀ ਕਰਨੀ ਆ, ਜੇ ਉਹ ਮਾਂ ਸਹਿਮ ਦੇ ਮਾਹੌਲ ਦੇ ਵਿੱਚ ਜਿਉਂ ਰਹੀ ਆ ਤਾਂ ਉਹ ਬੱਚਾ ਕਿੱਥੋਂ ਦਲੇਰ ਪੈਦਾ ਕਰ ਦੂ। ਉਂਝ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਬੱਚੀਆਂ ਏਅਰਫੋਰਸ ਦੇ ਵਿੱਚ ਜਾ ਰਹੀਆਂ, ਅਸੀਂ ਕਹਿੰਦੇ ਸਾਡੀਆਂ ਬੱਚੀਆਂ ਮਿਲਟਰੀ ਦੇ ਵਿੱਚ ਜਾ ਰਹੀਆਂ, ਅਸੀਂ ਕਹਿੰਦੇ ਸਾਡੀਆਂ ਬੱਚੀਆਂ ਪੁਲਿਸ ਫੋਰਸ ਜੁਆਇਨ ਕਰ ਰਹੀਆਂ, ਸਾਡੀਆਂ ਬੱਚੀਆਂ ਸਾਇੰਟਿਸਟ ਬਣ ਕੇ ਪਲਾਟ ਦੇ ਵਿੱਚ ਜਾ ਰਹੀਆਂ। ਅਤੇ ਹਾਲਾਤ ਕੀ ਆ ਸਾਡੀਆਂ ਬੱਚੀਆਂ ਦੀ ਸਿਕਿਉਰਿਟੀ ਦੇ, ਹਾਲਾਤ ਕੀ ਆ? ਇਹ ਜੇ ਦੁਨੀਆ ਦੇ ਉੱਤੇ ਦੇਖਿਆ ਜਾਵੇ, ਜਿਹੜੀਆਂ ਸਭ ਤੋਂ ਗਰੀਬ ਮੁਲਕ ਨੇ, ਜਿੱਥੇ ਮਿਸ ਐਡਮਿਨਿਸਟ੍ਰੇਸ਼ਨ ਆ, ਉੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਜਿਹੜੀਆਂ ਡਿਵੈਲਪ ਕੰਟਰੀਆਂ, ਉੱਥੇ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ। ਕੀ ਅਸੀਂ ਉਹ ਅਜੇ ਤੱਕਰ ਵੀ ਅਨਡਿਵੈਲਪ ਕੰਟਰੀ ਹਾਂ? ਅਸੀਂ ਡਿਵੈਲਪਮੈਂਟ ਵਾਲੇ ਪਾਸੇ ਕਦੋਂ ਜਾਵਾਂਗੇ? ਅਤੇ ਕਦੋਂ ਸਾਡੀ ਸਰਕਾਰ, ਜਿਹਦਾ ਪ੍ਰਧਾਨ ਮੰਤਰੀ 56 ਇੰਚ ਦੀ ਛਾਤੀ ਕੱਢ ਕੇ ਦਿਖਾਉਂਦਾ ਸੀ, ਉਹ ਕਿੱਥੇ ਆ? ਉਹ ਮਮਤਾ ਬੈਨਰਜੀ ਜਿਹੜੀ ਕਹਿੰਦੀ ਸੀ ਮੈਂ ਔਰਤਾਂ ਦੀ ਰਾਖੀ ਵਾਸਤੇ, ਮੈਂ ਹਰ ਕੰਮ ਕਰਨ ਵਾਸਤੇ ਤਿਆਰ ਹਾਂ ਪੱਛਮੀ ਬੰਗਾਲ ਦੇ ਵਿੱਚ, ਅੱਜ ਉਹ ਮੁੱਖ ਮੰਤਰੀ ਨੂੰ ਪੁੱਛਣ ਵਾਲਾ ਕੋਈ ਹੋਵੇ, ਅੱਜ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛਣ ਵਾਲਾ ਹੋਵੇ, ਜਿਹੜਾ ਕਹਿੰਦਾ ਵੀ ਇਹ ਹੋਣਾ ਚਾਹੀਦਾ, ਐਸੇ ਹੋਣਾ ਚਾਹੀਦਾ, ਵੈਸੇ ਹੋਣਾ ਚਾਹੀਦਾ, ਜਿਹੜਾ ਕਹਿੰਦਾ ਦੇਸ਼ ਵਿਕਾਸ ਕਰ ਰਿਹਾ, ਦੇਸ਼ ਜਿਹੜਾ ਬਹੁਤ ਤਰੱਕੀ ਕਰ ਰਿਹਾ, ਇਹ ਤਰੱਕੀ ਹੈ? ਨਿਰਭਿਆ ਕਾਂਡ ਦੇ ਦੋਸ਼ੀ ਅੱਜ ਤੱਕਰ ਉਵੇਂ ਤੁਰੇ ਫਿਰਦੇ ਆ, ਅਤੇ ਅੱਜ ਹਾਲਾਤ ਜਿਹੜੇ ਬਣ ਗਏ, ਇਹਨਾਂ ਨੂੰ ਕਦੋਂ ਇਨਸਾਫ ਮਿਲੂਗਾ? ਮੈਂ ਬੇਨਤੀ ਕਰਨਾ ਚਾਹੁੰਦਾ ਸਮੇਂ ਦੀਆਂ ਸਰਕਾਰਾਂ ਨੂੰ, ਚਾਹੇ ਉਹ ਸਟੇਟ ਗੌਰਮੈਂਟ ਆ ਅਤੇ ਚਾਹੇ ਉਹ ਸੈਂਟਰ ਗੌਰਮੈਂਟ ਆ, ਜਿਹੜੀ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ, ਇਹਦੇ 'ਤੇ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ, ਇਮੀਡੀਏਟ ਇਹਦਾ ਕੋਰਟ ਦੇ ਵਿੱਚ ਫੈਸਲਾ ਹੋਣਾ ਚਾਹੀਦਾ, ਫਾਸਟ ਟਰੈਕ ਦੇ ਵਿੱਚ ਇਹਦਾ ਫੈਸਲਾ ਹੋ ਕੇ ਸ਼ਰੇਆਮ ਜਿਹੜੀ ਆ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਤਾਂ ਹੀ ਇਹੋ ਜਿਹੜੇ ਘਿਨਾਉਣੇ ਜੁਰਮ ਆ ਉਹ ਹਟਣਗੇ, ਅਤੇ ਸਾਨੂੰ ਮਾਵਾਂ ਭੈਣਾਂ ਨੂੰ, ਆਪਣੇ ਬੱਚਿਆਂ ਨੂੰ, ਪੇਰੈਂਟਸ ਨੂੰ, ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਕਿ ਇਹ ਰਾਖੀ ਕਰਨਾ ਸਾਡਾ ਧਰਮ ਆ, ਇਹ ਬੱਚਿਆਂ ਦੀ ਜਾਂ ਬੱਚੀਆਂ ਦੀ ਜਾਂ ਔਰਤਾਂ ਦੀ ਇੱਜ਼ਤ ਨੂੰ ਹੱਥ ਪਾਉਣਾ ਅਤੇ ਉਹ ਕੰਮ ਨੂੰ ਰੋਕਣ ਵਾਸਤੇ ਸਾਡਾ ਧਰਮ ਬਣਦਾ, ਇਹ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਪਊਗੀ। ਇੰਨਾ ਕੁਛ ਕਹਿੰਦਾ ਮੈਂ ਤੁਹਾਨੂੰ। ਸਾਹਿਬ ਭਗਵਾਨ ਕਹਿੰਦੇ ਨਾ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ, ਅੱਜ ਉਸੇ ਭਗਵਾਨ ਦੇ ਦਰਜੇ ਨੂੰ ਇੱਕ ਇੰਨੀ ਬਦਸਲੂਕੀ ਨਾਲ ਨਾਪਿਆ ਗਿਆ ਹੈ। ਡਾਕਟਰ ਨੂੰ ਭਗਵਾਨ ਦਾ ਦਰਜਾ ਵਾਕਿਆ ਹੀ ਦਿੱਤਾ ਜਾਂਦਾ ਜਿਹੜਾ ਜ਼ਿੰਦਗੀ ਬਚਾਉਂਦਾ, ਅਤੇ ਅੱਜ ਉਹਨੂੰ ਆਪਣੀ ਜ਼ਿੰਦਗੀ ਬਚਾਉਣੀ ਔਖੀ ਹੋ ਗਈ। ਅਸੀਂ ਉਹ ਮੁਲਕ ਦੇ ਵਸ਼ਿੰਦੇ ਹਾਂ ਜਿੱਥੇ ਭਗਵਾਨ ਰਾਮ ਨੇ ਸੀਤਾ ਨੂੰ ਬਚਾਉਣ ਵਾਸਤੇ ਲੰਕਾ ਦਾ ਦਹਿਨ ਕੀਤਾ ਸੀ, ਉਹ ਦ੍ਰੌਪਦੀ ਦੀ ਇੱਜ਼ਤ ਵਾਸਤੇ, ਉਹ ਦ੍ਰੌਪਦੀ ਦੇ ਨਾਲ ਜੋ ਵੀ ਹੋਇਆ ਉਹਦੇ ਵਾਸਤੇ, ਉਹਦੇ ਪ੍ਰੋਟੈਸਟ ਵਾਸਤੇ ਮਹਾਂਭਾਰਤ ਲੜੀ ਗਈ ਸੀ। ਅਸੀਂ ਉਹ ਦੇਸ਼ ਦੇ ਵਸ਼ਿੰਦੇ ਹਾਂ, ਉਸ ਦੇਸ਼ ਦੇ ਵਿੱਚ ਜਿਹੜੇ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ, ਅੱਜ ਉਹ ਭਗਵਾਨ ਨਾਲ ਕੀ ਹੋ ਰਿਹਾ? ਅਸੀਂ ਕਿਹਨੂੰ ਅਪੀਲ ਕਰੀਏ
ਉਦੋਂ ਤਾਂ ਭਗਵਾਨ ਰਾਮ ਨੇ ਸੀਤਾ ਦਾ ਬਦਲਾ ਲੈਣ ਵਾਸਤੇ ਚੜ੍ਹਾਈ ਕਰਤੀ, ਅੱਜ ਕਿਹੜੇ ਭਗਵਾਨ ਨੂੰ? ਜਦੋਂ ਭਗਵਾਨ ਨਾਲ ਹੀ ਧੱਕਾ ਹੋਈ ਜਾਂਦਾ ਜਿਹਨੂੰ ਆਪਾਂ ਡਾਕਟਰ ਕਹਿੰਦੇ ਹਾਂ, ਅਤੇ ਅੱਜ ਕਿਹਦੇ ਕੋਲ ਅਰਜ਼ ਕਰੀਏ? ਇਹ 56 ਇੰਚ ਦੀਆਂ ਛਾਤੀਆਂ ਵਾਲਿਆਂ ਨੂੰ ਸੋਚਣਾ ਪਊਗਾ, ਜਿਹੜੇ ਮਮਤਾ ਬਨਰਜੀ ਵਰਗੇ ਜਿਹੜੀਆਂ ਸਟੇਟ ਦੀਆਂ ਮੁੱਖ ਮੰਤਰੀ ਆ ਉਹਨਾਂ ਨੂੰ ਸੋਚਣਾ ਪਊਗਾ, ਜਾਂ ਦੂਜੀਆਂ ਸਟੇਟਾਂ ਵਾਲੇ ਵੀ ਖੁਸ਼ ਨਾ ਹੋਇਓ, ਆਪਣੇ ਹਾਲਾਤ ਵੀ ਕੋਈ ਚੰਗੇ ਨਹੀਂ ਪੰਜਾਬ ਦੇ ਵਿੱਚ। ਜਿਵੇਂ ਮੇਰੇ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਸਾਹਿਬ ਨੇ ਕਿਹਾ ਕਿ ਜੁਰਮ ਕਰਨਾ ਵੀ ਪਾਪ ਅਤੇ ਜ਼ੁਲਮ ਸਹਿਣਾ ਵੀ ਪਾਪ। ਬਹੁਤ ਧੀਆਂ ਭੈਣਾਂ ਆਪਣੀਆਂ ਪਰਿਵਾਰਾਂ ਦੇ ਮੁਖੀ ਵੀ ਮਾਂ ਪਿਓ ਵੀ ਇਸ ਗੱਲ ਦੇ ਨਾਲ ਡਰ ਕੇ ਚੁੱਪ ਕਰ ਜਾਂਦੇ ਹਾਂ ਵੀ ਸਾਡੀ ਬਦਨਾਮੀ ਹੋਊਗੀ। ਇਹ ਜ਼ੁਲਮ ਦੇ ਖਿਲਾਫ ਡਟ ਕੇ ਪਹਿਰਾ ਦੇਣਾ ਚਾਹੀਦਾ ਅਤੇ ਸਾਰੇ ਸਮਾਜ ਨੂੰ ਡਟ ਕੇ ਜ਼ੁਲਮ ਕਰਨ ਵਾਲੇ ਦੇ ਉਲਟ ਆਪਾਂ ਨੂੰ ਜਿਹੜਾ ਉਹ ਖਲੋਣਾ ਚਾਹੀਦਾ।